लो जी सारे भरावां दा अपने चैनल मानसा क्रिकेट फेवर ते स्वागत है। ते जिहड़े भरा ब्लॉग नूं प्यार करदे अज्ज ब्लॉग कबड्डी दा आपां बणावांगे। तलेमा पिंड जिले मानसा दा भीखी दा इलाका पै जिहदा चोटी दे प्लेयर कबड्डी दे जिहड़े इसे नगर ने पैदा कीते आ ते अज्ज साडियां कराउणियां गल्लां बातां टॉप दे प्लेयर आए हुए आ खेड कबड्डी दे 75 किलो दे। अज्ज आपां पहला पार्ट बणावांगे, कल नूं 90 दे प्लेयर आउणगे ते अज्ज तुहानूं दिखाउणे आ पड़ाके पैणगे। एंड तक देखो ते चैनल नूं सबसक्राइब जिहड़ा कर दिओ। लो जी आपां गल्लबात कराउणा वड्डे भाई आया हो जस भाई जी, की हाल चाल पक्खों वाला जस भाई, की लगता फिर अज्ज टूरनामेंट दी टीम बनाई है? हां भाई 70 किलो दी बनाई। 75 किलो? हां 75। हुण फिर खेडदा ना? हां भाई हुण नहीं खेडदा। सन्यास लगे? हां बस सन्यास लैता फिर की भाई। अच्छा होर ठीक है? ते इधर भाई भाई की हाल है? वधिया भाई। की विचार है टूरनामेंट बारे? टूरनामेंट बारे बस भाई खेडी जाने 75 किलो टीम बनाई है। अच्छा केड़ी टीम बनाई है भाई अज्ज पिंड दी? सन्मान होगा अज ही मिलना सारा ना। और फिर रमने की कहते हैं मुंडे वधिया कराउणगे मेला पिंड का किवें सहयोग कंडी खड़को है कर रहे हैं पर सेवा सारे प्लेयर दी है। ये रावणा बाई दले माला बाई अपना जासा कबड्डी प्लेयर पक्खों वाला इधर बाई है। लो जी अपने भरा झाड़ू वाले पहुंच चुके हैं भाई, की हाल है? झाड़ू तेरे मुंडा जित गए हर गए हार गए पहली? हाँ इधर बलजीत झाड़ू वाला करवाने गल मिस्त्र की हाल है? और फिर पहली हार गया पहले जी ला दी ब्रेक दबारे खेडोगे नंबर का गलत लग गया जी। आ मुंडा कितों का थोड़ा मिल लगा बी की ख्याल है इधर गल्लां बातां होंदियां होर भी। लो जी आ शेरों वाले भरा पहुंच गए इन्हां नाल करदे जित गए हैं तुसीं भी हर गए। और फिर कौन खेडदा जी बाहरों? सन्नी कित्थों दा? ਉਦੋਂ ਵਾਲੀਆ ਤੇ ਇਧਰ ਉਹਨੇ ਗੱਲਾਂ ਬਾਤਾਂ ਕਰਾਉਣੇ ਆ। ਆ ਮੁੰਡਾ ਕਹਿੰਦੇ ਕੀ ਹਾਲ ਆ ਬਿੱਟੂ? ਵਧੀਆ ਵਧੀਆ। ਉਹ ਠੀਕ ਆ? ਹਾਂ ਹਾਂ ਫਿੱਟ ਆ? ਕਰ ਗਿਆ ਵਾਪਸੀ ਦੁਬਾਰੇ? ਹੈ ਕਰ ਗਿਆ ਹੋਰ ਰਿਕਵਰੀ ਮਸਾ ਹੈ ਹੱਟ ਲੱਗ ਗਏ ਦੇ ਆਪਰੇਸ਼ਨ ਕਰਾਇਆ ਸੀ ਭਾਈ ਗੋਡੇ ਦਾ ਹੁਣ ਤਾਂ ਖੇਡੀਆਂ ਨੇ ਲਗਾ ਸਰ ਮੈਂ। ਅੱਛਾ ਅੱਛਾ ਆ ਭਾਈ ਕਿੱਥੋਂ ਦਾ? ਪਿੰਡ ਦੇ ਬਸ਼ੇਰੋਂ। ਹੈ ਭਾਈ ਸ਼ੇਰੋਂ ਸ਼ੇਰੋਂ ਦਾ ਇੱਧਰ ਬਾਈ ਬੈਠੇ ਇੱਧਰ ਗੱਲਾਂ ਬਾਤਾਂ ਹੋਣੀਆਂ ਕਰਾਉਣਾ ਬਾਈ ਕੀ ਹਾਲ ਆ? ਵਧੀਆ ਬਾਈ ਵਧੀਆ। ਜਿੱਤ ਗਏ ਘਰ ਕੇ? ਹਾਰ ਗਏ ਬਾਈ। ਹਾਰ ਗਏ ਹਾਂ ਪਹਿਲਾ ਮੈਚ ਜੀ? ਹਾਂ ਤੇ ਆ ਬਾਈ ਸ਼ੰਮੀ ਦੇ ਕੇ? ਹਾਂ ਬਾਈ ਸ਼ੰਮੀ ਆ ਇੱਕ ਦੋ ਵਾਲਾ ਬੰਦਾ। ਅੱਛਾ ਹੋਰ ਠੀਕ ਆ? ਹੋਰ ਫਿਰ ਇੱਧਰ ਦੇਖ ਸਕਦੇ ਹੋ ਜੀ ਮੁੰਡੇ ਪੂਰੇ ਫਿੱਟ ਹੋਈ ਜਾਂਦੇ ਆ। ਕੋਡਾ ਕਿਹੜਾ ਪਿੰਡ ਆ? ਹੈ ਧਰਮਗੜ। ਧਰਮਗੜ ਖੇਲੋਗੇ ਤੁਸੀਂ ਵੀ? ਹੈ ਹਾਂ ਬਾਈ। ਤੇ ਅਦਵਾ ਕਰਾਉਣਾ ਵੱਡੀਆਂ ਗੱਲਾਂ ਬਾਤਾਂ। ਲਓ ਜੀ ਆ ਕੱਕੜ ਵਾਲੀ ਆ ਮਹਾਨ ਦੁਨੀਆ ਦਾ ਮਹਾਨ ਬਾਲਾਂ ਦਾ ਸਟਾਈਲ ਦੇਖੋ ਜੀ ਬਾਲ ਮੈਨੂੰ ਐਂ ਲੱਗਦਾ ਵੀ ਨਵੇਂ ਕਟਾ ਕੇ ਲੱਗਦਾ ਬਾਈ ਮੇਲਾ ਕਟਾ ਕੜੂ ਕਿਆ ਲੱਗਦਾ ਨਾ ਉਰੇ ਹੈ ਜਾਉਂਦਾ ਆਪਣਾ ਟੂਰਨਾਮੈਂਟ ਹੈ ਵਿਆਹ ਇਹਨਾਂ ਚਾਹੁੰਦਾ ਉਹ ਠੀਕ ਹੈ ਕਿੰਨਾ ਚਿਰ ਹੋ ਗਿਆ ਖੇਡਦੇ ਨੂੰ? ਉਹ ਵੀ 4-5 ਸਾਲ ਹੈ ਤੇ ਮੰਨ ਲਾ ਗੁਰੂ ਉਟੋ ਤਾਂ ਨਹੀਂ ਕੀ ਕਰੋ ਨਾ ਨਾ ਇਹ ਬਾਈ ਸੰਦੀਪ ਕੱਕੜਾਲ ਵਿੱਚ ਇਹਨੂੰ ਕਮੈਂਟੇਟਰ ਬੋਲਦੇ ਆ ਦੀਪੀ ਕੱਕੜਾਲ ਨਾ ਪਰ ਇਹ ਸੰਦੀਪ ਕੱਕੜਾਲ ਹੈ ਤੇ ਇਹਦੇ ਬਾਰੇ ਤੁਹਾਡੀ ਗੱਲਬਾਤ ਕਰਾਉਣਾ ਲਾਡੀ ਮਨਾਣੇ ਵਾਲਾ ਯਾਰਾਂ ਦਾ ਯਾਰ ਬਾਈ ਕੀ ਹਾਲ ਹੈ? ਬਹੁਤ ਟਾਈਮ ਬਾਅਦ ਆਇਆ ਗਰਾਊਂਡਾਂ 'ਚ ਅੱਜ ਫਿਰ ਫੈਮਿਲੀ ਟੀਮ 'ਚ ਖੇਡ ਰਿਹਾ ਹੈ ਸਧਾਣੀ ਵਾਲਿਆਂ ਨਾਲ। ਹੋਰ ਬਾਈ ਠੀਕ ਹੈ ਵੀਰੇ? ਲਾਉਂਗੇ ਫਿਰ ਅੱਜ ਜ਼ੋਰ ਪੂਰਾ? ਜ਼ੋਰ ਲਾਵਾਂਗੇ ਵੀਰੇ ਪੂਰਾ। ਹੋ ਗਿਆ ਮੈਚ ਕੋਈ ਨਹੀਂ ਹਲੇ? ਨਾ ਹੋਇਆ ਨਹੀਂ। ਹੋਇਆ ਨਹੀਂ ਤੇ ਲਗਭਗ ਸਾਰੀਆਂ ਟੀਮਾਂ ਵਧੀਆ ਬਣੀਆਂ ਆਇਆ ਨੇਗੀਆਂ ਤੇ ਐਦੂਆ ਤੁਹਾਡੀਆਂ ਹੋਰ ਕਰਾਵਾਂ ਗੱਲਾਂ ਬਾਤਾਂ ਤੇ ਅਸੀਂ ਆਪਣੇ ਭਰਾ ਸਧਾਣੀ ਵਾਲੀ। ਲਓ ਜੀ ਆ ਗੜਦੀ ਦੀ ਬੀ ਟੀਮ ਹੈ ਤੇ ਇਹ ਨਾਲ ਵੀ ਤੁਹਾਡੀ ਗੱਲਬਾਤ ਕਰਾਂ। ਲਾਡੀ ਕੀ ਹਾਲ ਆ? ਅੱਜ ਤਾਂ ਟੀਮ ਬਣਾ ਰਖਿਆ ਹੋਏ? ਵਧੀਆ ਵਧੀਆ। ਟੀਮ ਬਣਾ ਰਖਿਆ ਅੱਜ? ਹਾਂ। ਤੇ ਕੌਣ ਖੇਡਦਾ ਬਾਹਰੋਂ? ਗਗਨ ਮਾਨਸਾ। ਗਗਨ ਕੀ ਹਾਲ ਹੈ? ਬਹੁਤ ਵਧੀਆ ਬਈ। ਕਹਿੰਦੇ ਖੋਖਰ ਦਾ ਕਿ ਮਾਨਸਾ ਦਾ? ਮਾਨਸਾ ਖੁਰਦ ਬਈ। ਮਾਨਸਾ ਖੁਰਦ ਬਠਿੰਡੇ ਵਾਲੀ? ਨਹੀਂ 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 ਸ਼ੇਰੂ ਵਾਲੀ। ਹਾਂ ਸ਼ੇਰੂ ਵਾਲੀ। ਤੇ ਦੂਜਾ ਨਾਲ ਕੌਣ ਖੇਡਦਾ? ਨਾਲ ਗੁਰੀ। ਹਾਂ ਗੁਰੀ ਨਾਲ ਕਰਾਉਣ ਦੀ ਗੱਲ ਵਾ। ਗੁਰੀ ਕੀ ਹਾਲ ਹੈ? ਗੁਰੀ ਉਹ ਗੁਰੀ ਕਿਵੇਂ ਆ? ਵਧੀਆ ਬਈ। ਕੀ ਹਾਲ ਆ? ਕ੍ਰਿਕਟ ਵਧੀਆ ਲੱਗਦੀ ਆ ਕਿ ਕੌਡੀ ਵਧੀਆ ਲੱਗਦੀ ਆ? ਮੈਨੂੰ ਕੌਡੀ ਬਈ। ਕੌਡੀ? ਹਾਂ। ਤੇ ਉਹ ਕ੍ਰਿਕਟ ਖੇਡਦਾ? ਉਹ ਵੀ ਕੌਡੀ ਵਾਲੀ ਆਂਦਾ। ਕੌਡੀ ਬਣਾ
ਹੁਣ ਪਰ ਖੇਡਦੇ ਨੇ ਦੇ ਗੁਰੀ ਤੋਂ ਕ੍ਰਿਕਟ ਹਟ ਗਏ ਕ੍ਰਿਕਟ ਯਾਰ ਅਸੀਂ ਲੈਦਰ ਖੇਡਦੇ ਹਾਂ ਬਈ ਲੈਦਰ ਖੇਡਦੇ ਹਾਂ ਲੈਦਰ ਲੂਦਰ ਜੇ ਕਈ ਵਾਰ ਸੱਤ ਲੈ ਵੀ ਸ਼ੇਰ ਨਾਲ ਹੀ ਖੇਡਦੇ ਆ ਅੱਛਾ ਤੇ ਇਹ ਕਿਹੜਾ ਅੱਜ ਫਿਰ ਗੱਡੀ ਦੀ ਟੀਮ ਸਾਡੇ ਜਿਹੜੇ ਗਵਾਂਢ ਪਿੰਡ ਦੀ ਟੀਮ ਚ ਕੀ ਹੋ ਗਿਆ ਮੈਚ ਕੋਈ ਨਹੀਂ ਹਲੇ ਹੁਣ ਹਾਲ ਤਾਂ ਹੋਣਾਗਾ ਠੀਕ ਹੈ ਇਹ ਸੀ ਬਈ ਆਪਣੇ ਭਰਾ ਗੱਡੀ ਵਾਲੇ ਦੇ ਕਰਾਉਣਾ ਉਹਦੇ ਗੱਲਾਂ ਬਾਤਾਂ ਦੁਨੀਆ ਦਾ ਮਹਾਨ ਬਾਈ ਜੀ ਕੀ ਹਾਲ ਹੈ ਵਧੀਆ ਬਾਈ ਠੀਕ ਕੱਟਾਂ ਹਾਂ ਹਾਂ ਵਧੀਆ ਕੱਢੇਗਾ ਜਗਪੁਰੀ ਰੱਬ ਸੁੱਖ ਰੱਖੇ ਬਈ ਕੱਟਾਂ ਹੈ ਕਿਹੜੀ ਟੀਮ ਚ ਗੱਡੀ ਜਾਂ ਗੱਡੀ ਜਾਂ ਲਓ ਜੀ ਅੱਜ ਗੱਲਬਾਤ ਕਰਾਉਣਾ ਗੜਦੀ ਵਾਲੇ ਬਾਈਆਂ ਨਾਲ ਮਾਲੇ ਕੀ ਹਾਲ ਹੈ ਵਧੀਆ ਬਈ ਤੇਰੇ ਤੂੰ ਫਟਾ ਫਟਾ ਯਾ ਕਰੇਗਾ ਫਿਰ ਅੱਜ ਏਰੀ ਦਾ ਮੇਲਾ ਅੱਜ ਕੱਢਾਂਗੇ ਅੱਖ ਦੇਖ ਲਿਆ ਬਾਕੀ ਕਹਿੰਦੇ ਮਾਲਾ ਥਾਪੀ ਰੂਪੀ ਘਰ ਬਹੁਤ ਘੱਟ ਮਾਰਦਾ ਮਾਲਾ ਪਰ ਕਦੇ ਜਿੰਦੇ ਮਾਰਦਾ ਫਿਰ ਤੂੰ ਤੇ ਚੰਗੀ ਮਾਰਦਾ ਨਾ ਆਪਾਂ ਇਹ ਮਾਰਦੇ ਨਹੀਂ ਬਈ ਜੇ ਆਲਾ ਮਾਰੇ ਫਿਰ ਮਾਰੀ ਦੀ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਚੜ੍ਹਦੀ ਅੱਜ ਟੀਮ ਬਣਾ ਰੱਖਿਆ ਇਹਦੇ ਚ ਬਿਲਕੁਲ ਬਿਲਕੁਲ ਤੇ ਕੀ ਲੱਗਦਾ ਫਿਰ ਲੱਗਦਾ ਕੀ ਆ ਲੈ ਕੇ ਚੱਲਾਂਗੇ ਅੱਜ ਦਿਲੇ ਮਾਤੋ ਕਬੱਡੀ ਕੱਪ ਵਾਲਾ ਜਿੰਨਾ ਹੈਗਾ ਨਾਮ ਸਾਰਾ ਲੈ ਜਾਾਂਗੇ ਅੱਜ ਕਹਿੰਦੇ ਬਾਈ ਮੁੰਡੇ ਕਹਿੰਦੇ ਵੀ ਸਨਮਾਨ ਕਰਨਾ ਆਪਣਾ ਹਾਂ ਕਰਨਾ ਹੈ ਤੇ ਮੁੰਡੇ ਸਾਡੇ ਨਾਲ ਖੇਡਦੇ ਰਹੇ ਨੇ ਅੱਛਾ ਤੇ ਧੰਨਵਾਦ ਆ ਉਹਨਾਂ ਦਾ ਅੱਛਾ ਇਹ ਆ ਬਾਈ ਜਸਪਾਲ ਪਾਲ ਆਪਣਾ ਬਾਈ ਸਮਾਜ ਸੇਵੀ ਵੀ ਆ ਤੇ ਇਸ ਨੂੰ ਪਹਿਲਾਂ ਹੀ ਦੱਸਿਆ ਪਿਛਲੀ ਬਲੌਗ ਦੇ ਵਿੱਚ ਤੇ ਭਰਾ ਟੀਮ ਵੀ ਬਣਾਉਂਦਾ ਬਹੁਤ ਵਧੀਆ ਹਨਾ ਤੇ ਬਾਈ ਹੁਣੀ ਲੱਗੇ ਬਣਾਉਣ ਕਿ ਪਹਿਲਾਂ ਵੀ ਬਣਾਉਂਦੇ ਟੀਮ ਤੁਸੀਂ ਪਹਿਲਾਂ ਮੈਂ ਕਬੱਡੀ ਦਾ ਸੀਗਾ ਜੋ ਟੂਰਨਾਮੈਂਟ ਵਗੈਰਾ ਮੈਂ ਕਲੱਬ ਦਾ ਪ੍ਰਧਾਨ ਰਿਹਾ ਸ਼ੁਰੂ ਤੋਂ ਤੇ ਬੜਾ ਸਮਾਂ ਲੰਮਾ ਸਮਾਂ ਮੈਂ ਕਬੱਡੀ ਕਰਵਾਈ ਹੈ ਪਿੰਡ ਵੀ ਤੇ ਹੁਣ ਫਿਰ ਇਹ ਮੁੰਡੇ ਆਏ ਇਸ ਬਾਰੇ ਕਿ ਕੈਂਪ ਲਵਾਉਣਾ ਕੈਂਪ ਵਗੈਰਾ ਲਾਇਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਮੈਂ ਵੀ ਤੁਹਾਡੀ ਬਾਹ ਫੜ ਕੇ ਗਾਹਾਂ ਲੈ ਕੇ ਚੱਲਾਂਗੇ ਹੁਣ ਅੱਗੇ ਪ੍ਰਮਾਤਮਾ ਸਹਾਈ ਹੋਊਗਾ ਜਿੱਥੇ ਤੁਕ ਜਾਣਗੇ ਹਨਾ ਇਹ ਸੀ ਬਾਈ ਪਾਲ ਦੇ ਅੰਦਰ ਗੱਲਬਾਤ ਤੁਹਾਡੀ ਕਰਾਉਣੇ ਆ ਆ ਬਬਲੀ ਯਾਰਾਂ ਦਾ ਯਾਰ ਬਬਲੀ ਕੀ ਹਾਲ ਹੈ ਵਧੀਆ ਵਧੀਆ ਬਾਈ ਖੱਟਾ ਖੱਟਾ ਜਮਾ ਓਕੇ ਇਹ ਬਬਲੀ ਬੌਸ ਆ ਜੀ ਲੈ ਵੀ ਬਬਲੀ ਕਹਿੰਦੇ ਵੀ ਜਦੋਂ ਤੂੰ ਬੀਰੋ ਕੇ ਖੇਡਾ ਤੇ ਉਦੋਂ ਬਾਲੀ ਆ ਕੇ ਗੱਡੀ ਸੀ ਉਵੇਂ ਮੰਨ ਲਾ ਕਿੱਦੇ ਫਟ ਹੋ ਗਿਆ ਜਿਵੇਂ ਉਵੇਂ ਫਟ ਸੀ ਉਦੋਂ ਪੂਰਾ ਫਟੀਆਂ ਹੋਈ ਬਸ ਹੁੰਦਾ ਫਟੀ ਐ ਫਟੀਆਂ ਬਸ ਬਾਈ ਤੇ ਅਦਰ ਗੱਲਬਾਤ ਤੁਹਾਡੀ ਯਾਰਾਂ ਦਾ ਯਾਰ ਕਿਵੇਂ ਸੀ ਵੀਰੇ ਹੋ ਗਿਆ ਸਾਰੇ ਫਿੱਟ ਨੇ ਤੂੰ ਫਟਾ ਫਟਾ ਬਾਈ ਜਮਾ ਛੱਡਦੀ ਸਰੋਈ ਨਿੰਦੀਆਂ ਮਾਗਰਾ ਨਾ ਸਾਰਾ ਕੁਝ ਅੱਜ ਤਾਂ ਹਰਾ ਹਰਾ ਲੱਗਿਆ ਕੈਂਪੀ ਮੈਟਰ ਲਾਉਣ ਦੀ ਲੋੜ ਨਹੀਂ ਅੱਜ ਨਾ ਹਰਾ ਹਰਾ ਰਹੇਗਾ ਨਾਲੇ ਸਹੀ ਗੱਲ ਆ ਹੈ ਹਰਾ ਹਰਾ ਹੀ ਲਾਉਣ ਦੀ ਲੋੜ ਨਹੀਂ ਅੱਜ ਨਾ ਮੈਟਰ ਲਾਉਣ ਦੀ ਲੋੜ ਨਹੀਂ ਇੱਕ ਆ ਗਿਆ ਜੀ ਬੱਬੇ ਕੀ ਆਲਾ ਤੈਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਇੱਕ ਤੋਂ ਦੋ ਹੋ ਗਏ ਪਾਰਟੀ ਕਦੋਂ ਦੇਗਾ ਹੁਣ ਜਦੋਂ ਮਰਜ਼ੀ ਹੈ ਜਦੋਂ ਮਰਜ਼ੀ ਕਿਹੜੀ ਟੀਮ ਚਾਜਾ ਮੈਂ ਤੇ ਲੇਮਾ ਚ ਪਿੰਡ ਵਾਲਿਆਂ ਨੇ ਮਾਣ ਕੀਤਾ ਹੈ ਉਹ ਠੀਕ ਆ ਇਹ ਸੀ ਬੱਬਾ ਬਾਈ ਆ ਕੈਂਪੀ ਕੈਂਪੀ ਲੱਗਦਾ ਫਿਰ ਅੱਜ ਮੈਨੂੰ ਲੱਗਦਾ ਹਰੀ ਆ ਸ਼ਰਟ ਦੇ ਵਿੱਚ ਵੀ ਅਜੇ ਤਾਂ ਫਿਲਟਰ ਲਾਉਣ ਦੀ ਲੋੜ ਨਹੀਂ ਨਾ ਲੋੜ ਨਹੀਂ ਬਾਈ ਤੇ ਵਾਲ ਵੂਲ ਫਿਰ ਆ ਇਹ ਪਹਿਲਾਂ ਦੀ ਕਰਾਇਆ ਕਿ ਮੌਕੇ ਦੀ ਕਰਾ ਕਹਿੰਦੇ ਨੇ ਨਾ ਨਾ ਪਹਿਲੀ ਕਰਾਏ ਹੋਣੇ ਬਾਈ ਆਪਣੇ ਪਹਿਲੀ ਕਰਾਏ ਹੋਣੇ ਤੇ ਕੈਂਪੀ ਆ ਬਾਈ ਸਤੌਜ ਵਾਲਾ ਤੇ ਇੱਧਰ ਗੜਦੀ ਦੀ ਗੜਦੀ ਟੀਮ ਚ ਖੇਡਣਾ ਅੱਜ ਹਾਂ ਬਾਈ ਗੜਦੀ ਫੈਮਿਲੀ ਟੀਮ ਚ ਖੇਡਣਾ ਹੈ ਹਾਂ ਬਾਈ ਜਸਪਾਲ ਬਾਈ ਦੀ ਟੀਮ ਚ ਖੇਡਦੇ ਇਹ ਬਾਈ ਕੈਂਪੀ ਆ ਗੜਦੀ ਵਾਲਾ ਆਪਣਾ ਕੈਂਪੀ ਸਤੌਜ ਵਾਲਾ ਗੜਦੀ ਖੇਡ ਰਿਹਾ ਅਜੇ ਸਨਮਾਨ ਵੀ ਹੋਰਾ ਮੈਂ ਸੁਣਿਆ ਨਾ ਹਾਂ ਬਾਈ ਸਨਮਾਨ 11000 ਨਾਲ ਜਸਪਾਲ ਬਾਈ ਫਿਰ ਤਾਂ ਪਾਰਟੀ ਵੀ ਦੇਖਣੀ ਪਾਰਟੀ ਜ਼ਰੂਰ ਵਜ ਦੇਵਾਂਗੇ ਠੀਕ ਆ ਬਾਈ ਇਹ ਆਪਣਾ ਕੈਂਪੀ ਸਤੌਜ ਸਿਮਰੀ ਬਾਈ ਚੀਮੇ ਵਾਲਾ ਤੇ ਦੋ ਕਰਾਉਣਾ ਤੁਹਾਡੇ ਗੱਲਾਂ ਬਾਤ ਤੁਹਾਡੀ ਗੱਲਬਾਤ ਕਰਾਉਣਾ ਪੁਰਾਣਾ ਪਲੇਅਰ ਆ ਕਰਮੀ ਕੀ ਹਾਲ ਹੈ ਇਹ ਬਾਈ ਕਰਮੀ ਆਪਣਾ ਭਰਾ ਭੋਪਾਲ ਵਾਲਾ ਬਾਈ ਕਿੰਨਾ ਚਿਰ ਹੋਇਆ ਕਬੱਡੀ ਖੇਡਦੇ ਨੂੰ 14 ਸਾਲ ਹੋ ਗਏ ਬਾਈ ਹੈ ਕਿਹੜਾ ਬਈ ਬੇਟ ਖੇਡ ਕੇ ਵਧੀਆ ਲੱਗਦਾ ਬਾ ਬੇਟ ਦਾ ਬਾਈ ਮੈਂ 70 75 ਹੀ ਖੇਡਾਂਗਾ ਅੱਛਾ ਮੋਟਰਸਾਈਕਲ ਵੀ ਜਿੱਤੇ ਪਾਸੀ ਗੱਲ ਜੋ ਬਾਈ ਅੱਛਾ ਕਿੱਥੋਂ ਜਿੱਤੇ ਸੀ ਮੋਟਰ ਦਾ ਲਾਹਰੇ ਤੋਂ ਬਾਈ ਉਧਰੋਂ ਆਪਣਾ ਮੋਗੇ ਕੋਲੋਂ ਹੈ ਆਪਣੇ ਦੇ ਪਿੰਡੋਂ ਧੂਰ ਕੋਟਣਾ ਸੀ ਤੋਂ ਬਾਈ ਉਹ ਵੀ ਮੋਗੇ ਚ ਹੀ ਆ ਉਥੋਂ ਆਪਾਂ ਸਕੂਟਰ ਜਿੱਤੇ ਸੀ ਅੱਛਾ ਤੇ ਅੱਜ ਫਿਰ ਕਿਹੜੀ ਟੀਮ ਚੋਂ ਅੱਜ ਬੁਰਜਟਲ ਮਾਚ ਬਾਈ ਬੁਰਜਟਲ ਮਾਚ ਇਹ ਬਾਈ ਆਪਣਾ ਭੋਪਾਲ ਵਾਲਾ ਤੇ ਇੱਧਰ ਬਾਈ ਕਾਖੜਾ ਬਾਈ ਆ ਕਿਹੜੇ ਪਿੰਡ ਦਾ ਬੁਰਜਟਲ ਮਾਚ ਬੁਰਜਟਲ ਮਾਚ ਆ ਜਿਹੜੀ ਆਪਣਾ ਉੱਬੇ ਕੋਲੇ ਹੋਈ ਆ ਹਾਂ ਉਹੀ ਤੇ ਹੋਰ ਕੌਣ ਖੇਡਦਾ ਬਾਹਰੋਂ ਇੱਕ ਹਰਦੀਪ ਆਕੜੀ ਅੱਛਾ ਉਹ ਠੀਕ ਹੈ ਹਾਂ ਠੀਕ ਹੈ ਫਟਾ ਜਮਾ ਹਾਂ ਜਮਾ ਕੀ ਲੱਗਦਾ ਫਿਰ ਮੈਚ ਹੋ ਗਿਆ ਕੋਈ ਨਹੀਂ ਹਲੇ ਨਹੀਂ ਹੋਇਆ ਨਹੀਂ ਬਈ ਅੱਛਾ ਕੀ ਦੇ ਨਾਲ ਮੈਚ ਲੇਲ ਕਲਾ ਨਾਲ ਲੇਲ ਕਲਾ ਨਾਲ ਤੇ ਇੱਕ ਆ ਗਿਆ ਮੁੰਡੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਣਾ ਬਾਬੇ ਕੀ ਹਾਲ ਹੈ ਵਧੀਆ ਵਧੀਆ ਬਾਈ ਤੂੰ ਦੱਸ ਕਿੱਥੇ ਕਿ ਰਹਿੰਦਾ ਤੇਰਾ ਪਿੰਡ ਸੰਗਤ ਪੁਰਾ ਆ ਗਿਆ ਬਾਈ ਲਹਿਰੇਗਾ ਅੱਗੇ ਦੇ ਨਾਲ ਕਿਹੜੀ ਟੀਮ ਚ ਖੇਡ ਕੇ ਵਧੀਆ ਲੱਗਦਾ ਬਈ ਅੱਜ ਮੈਂ ਉਹ ਬੱਲਰਿਆਂ ਚ ਖੇਡਦਾ ਪੱਕਾ ਅੱਜ ਪਟਾਲ ਚ ਖੇਡ ਰਿਹਾ ਅੱਛਾ ਨਾਲ ਨਾਲ ਮੇਰੇ ਅੱਜ ਦੀਪੀ ਬੱਲਰ ਹੈ ਦੀਪੀ ਰਹਿ ਵਾਲਾ ਆ ਦੀਪੀ ਨਾਲ ਹੀ ਕਰਾਉਣਾ ਗੱਲਬਾਤ ਦੀਪੀ ਬੱਲਰ ਹੈ ਇਹਨਾਂ ਦੀ ਜੋੜੀ ਬੜੀ ਪ੍ਰਸਿੱਧ ਆ ਯਾਰੀ ਵੀ ਪੱਕੀ ਹੈ ਇਹਨਾਂ ਦੀ ਕਿਵੇਂ ਆ ਫਿਰ ਠੀਕ ਠਾਕ ਕਿਹੜੀ ਟੀਮ ਚ ਅੱਜ ਪਟਾਲ ਚ ਪਟਾਲ ਚ ਤੇ ਪਿੰਡ ਦੀ ਟੀਮ ਖੇਡਦੀ ਹੁੰਦੀ ਹੁਣ ਪਿੰਡ ਦੀ ਅੱਜ ਦਿੱਕਤੀ ਹੋ ਗਈ ਆ ਪਿੰਡ ਦੀ ਬਣਨ ਤਾਂ ਅੱਛਾ ਕੀ ਲੱਗਦਾ ਫਿਰ ਜਿੱਤ ਕੇ ਮੈਚ ਪਹਿਲਾਂ ਹਾਂ ਜਿੱਤ ਕੇ ਪਹਿਲਾਂ ਠੀਕ ਆ ਇਦਵਾ ਹੋੜੇ ਹੋਰ ਕਰਾਉਣਾ ਗੱਲਾਂ ਮਾਤਾ ਠੀਕ ਆ ਬਾਈ ਓਕੇ ਬਾਈ ਜੀ ਕੀ ਹਾਲ ਚਾਲ ਆ ਕਿਵੇਂ ਆ ਠੀਕ ਆ ਬਾਈ ਠੀਕ ਫਟਾ ਹਾਂ ਹਾਂ ਅੱਜ ਦੰਦਾਂ ਨਾਲ ਮੋਟਰਾਂ ਨਾਲ ਖਿੱਚੇਗਾ ਕਿੱਟਾਂ ਚੱਕੇਗਾ ਇੱਟਾਂ ਚੱਕੂ 12 ਹੈ 12 ਇੱਟਾਂ 12 ਇੱਟਾਂ ਹਾਂ ਵੱਧ ਤਾਂ ਨਹੀਂ ਚੱਕਦਾ ਨਾ ਕਦੇ 16 ਚੱਕ ਲੈਣਾ ਹਾਂ ਐਂ ਦੀ ਬਾ ਗੱਲ ਵਿੱਚ ਹੋਈਗਾ ਜੀ ਹੈ ਗੱਲ ਵਿੱਚ ਸੀ ਅੱਛਾ ਹਾਂ ਹੋਰ ਫਿਰ ਹਾਂ ਠੀਕ ਆ ਦੰਦ ਦੰਦ ਮੁੱਲ ਦਿਲਵਾ
ਖਾਣਾ ਕੀ ਹੁੰਦਾ ਦਾਤਣ ਦੋਤਣ ਕਾਹਦੀ ਕਰਦਾ ਹੁੰਦਾ ਨਿੰਮ ਦੀ ਤਾਂ ਕੌੜੀ ਹੁੰਦੀ ਆ ਨਾ ਕੌੜੀ ਦਾ ਹੁਣ ਕਰ ਲੂਗਾ ਹੈ ਪੱਕੀ ਗੱਲ ਆ ਤੇ ਇੱਧਰ ਬਾਈ ਆਪਣਾ ਡੋਗਰ ਤੇ ਆਹ ਬਾਈ ਨਿੰਮਾ ਤੇ ਇੱਧਰ ਤੁਹਾਡੀ ਗੱਲਬਾਤ ਕਰਾਉਣੇ ਆ ਬਾਈਆਂ ਨਾਲ ਸਾਡੀ ਫੈਮਿਲੀ ਟੀਮ ਹੈ ਇਹ ਜੈਲੂ ਕੀ ਹਾਲ ਆ ਉਹ ਠੀਕ ਆ ਫਿੱਟ ਹੈ ਤੇ ਆਹ ਦੇਖੋ ਵੀ ਇਕੱਲੇ ਬਾਲ ਨਹੀਂ ਵਧਾਏ ਜਾਂਦੇ ਮੇਰੀਏ ਐਨ ਬਾਲ ਦੇਖ ਲਓ ਮੁੰਡੇ ਦੇ ਜੀ ਆਪਣਾ ਸਾਡੇ ਏਰੀ ਦਾ ਮਾਣ ਤਾਰੀ ਦੁੱਧਲਾ ਬਾਈ ਕੀ ਹਾਲ ਆ ਫਿੱਟਾ ਹੋਣਾ ਕਿੰਨੀ ਕੁ ਹੈਲਪ ਕੀਤੀ ਲੋਕਾਂ ਨੇ ਸੱਟ ਲੱਗੀ ਦੀ ਅੱਛਾ ਹੁਣ ਜਮਾ ਓਕੇ ਹੁਣ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਾ ਨਾ ਸੈਟ ਨਾ ਹੁਣ ਕੋਈ ਪ੍ਰੋਬਲਮ ਘਰੋਂ ਕੋਈ ਰੋਕ ਟੋਕ ਤਾਂ ਨਹੀਂ ਕੀਤੀ ਵੀ ਯਾਰ ਨਾ ਘਰੋਂ ਤਾਂ ਪਹਿਲਾਂ ਵੀ ਨਹੀਂ ਸੀ ਬਰਾਬਰ ਕਰੀ ਅੱਛਾ ਹੁਣ ਕੋਈ ਨਹੀਂ ਪਾਪਾ ਸੁੱਖ ਰੱਖ ਕੇ ਬਾਕੀ ਪਿੰਡ ਦੀ ਟੀਮ ਅੱਜ ਹਾਂ ਅੱਜ ਪਿੰਡ ਦੀ ਇਲਾਕੇ ਦਾ ਮੇਲਾ ਫਿਰ ਕੀ ਲੱਗਦਾ ਵਿਚਾਰ ਕੀ ਵਿਚਾਰ ਹੈ ਕੀ ਪਰਮਾਤਮਾ ਇੱਕ ਬੇਟਾ ਨੰਬਰ ਵਧੀਆ ਮਿਲ ਰਿਹਾ ਨਾ ਹਾਂ ਨਵੇਂ ਮੁੰਡੇ ਨੂੰ ਮੌਕਾ ਮਿਲ ਜਾ ਵਧਣ ਮਨ ਚ ਨਾ ਵਾਹਿਗੁਰੂ ਰੱਖੇ ਸੁੱਖ ਤੇ ਆ ਗੱਗੂ ਗਿੱਲਾ ਕਹਿੰਦੇ ਲੱਗਦਾ ਗਲਾਬ ਹੋਈ ਹੈ ਕੀ ਹਾਲ ਹੈ ਉਹ ਵਧੀਆ ਲਾਏਗਾ ਜੱਫੇ ਫਿਰ ਅੱਜ ਕਨੇਡਾ ਪਾਏਗਾ ਟੂਰਨਾਮੈਂਟ ਗੈਪ ਆ ਦਿੰਦੇ ਆ ਮੁੰਡਾ ਹਰਿਆਣੇ ਚੋ ਆਇਆ ਬਾਈ ਕਿਹੜਾ ਪਿੰਡ ਹੈ ਕਸੂਨ ਕੋਲ ਜਿਹੜਾ ਬੜੌਦੇ ਕੋਲੇ ਸਾਹਿਲ ਛੋਟਾ ਰਿੰਕੂ ਖਰੇਟੀ ਹੈ ਸਰੀਰ ਵੀ ਦੇਖੋ ਜੀ ਮੁੰਡੇ ਦਾ ਪੂਰਾ ਫਿੱਟ ਆ ਇੱਧਰ ਬਾਈ ਡੌਗ ਲਈ ਫਿਰਦਾ ਤੇ ਨਜ਼ਾਰਾ ਵਜਿਆ ਹੈ ਲਓ ਜੀ ਸਾਡੇ ਪਿੰਡ ਦੀ ਸ਼ਾਨ ਖੇਡ ਕਬੱਡੀ ਦਾ ਚੋਟੀ ਦਾ ਰੇਡਰ 75 ਕਿਲੋ ਦਾ ਜੱਸੀ ਬੀਆ ਬਾਰੇ ਵਗ ਗਿਆ ਤੇ ਉਦੋਂ ਬਾਅਦ ਆਹ ਮੁੰਡੇ ਦਾ ਨਾਮ ਆਉਂਦਾ ਟੌਪ ਦੇ ਰੇਡਰਾਂ 'ਚ ਬਾਈ ਕੀ ਹਾਲ ਹੈ ਵਧੀਆ ਗਾਲੇ ਅੱਜ ਇਲਾਕੇ ਦਾ ਮੇਲਾ ਕੀ ਲੱਗਦਾ ਹੈ ਵਧੀਆ ਦਲੇਮ ਵਾਲਿਆਂ ਨੇ ਕੋਈ ਸੱਦਾ ਸੁੱਦਾ ਵਗੈਰਾ ਦਿੱਤਾ ਵੀ ਤੁਸੀਂ ਸਾਡੇ ਪਿੰਡ ਖੇਡਣਾ ਹਾਂ ਬਾਈ ਦਿੱਤਾ ਤੂੰ ਕਿ ਜ਼ਿਆਦਾਤਰ ਮੈਂ ਦਲੇਮਾਂ ਦੀ ਟੀਮ 'ਚ ਖੇਡਦਾ ਨਾ ਹਾਂ ਹਾਂ ਤੇ ਕਿਉਂਕਿ ਜੱਸੀ ਵੀ ਪਹਿਲਾਂ ਦਲੇਮਾਂ ਦੀ ਟੀਮ 'ਚ ਖੇਡ ਕੇ ਹੈ ਨਾ ਵੀ ਐਡੀ ਦੂਰ ਤੱਕ ਗਿਆ ਸੁੱਖੀ ਨਾਗਰਾਂ ਵਾਲੀ ਹਾਂ ਤੇ ਬਾਈ ਮੰਨ ਲਾ ਦਲੇਮ ਵਾਲਿਆਂ ਨਾਲ ਖੇਡਦਾ ਤੂੰ ਮੰਨ ਲਾ ਕਦੇ ਕੋਈ ਐਂ ਤਾਂ ਨਹੀਂ ਕਿਹਾ ਯਾਰ ਵੀ ਯਾਰ ਵੀ ਤੇਰਾ ਟਾਈਮ ਵਾਲਾ ਵੀ ਅਸੀਂ ਨਹੀਂ ਖੜਾਉਂਦੇ ਨਾ ਨਾ ਬਾਈ ਯਾਰ ਇਹ ਬੰਦੇ ਬਹੁਤ ਘੰਟਾ ਕਦੇ ਨਹੀਂ ਕਹਿ ਸਕਦਾ ਨਾਲੇ ਹੌਸਲੇ ਹੀ ਦਿੰਦੇ ਆ ਕਦੇ ਖੇਡਦੇ ਆ ਨਾ ਮਾੜਾ ਚੰਗਾ ਵੀ ਖੇਡਿਆ ਜਾਂਦਾ ਕਦੇ ਐ ਨਹੀਂ ਕਿਹਾ ਬੰਦੇ ਕਦੇ ਐ ਕਿਹਾ ਵੀ ਯਾਰ ਤੂੰ ਤਾਂ ਖਰਚਾ ਆਪਣੀ ਲੈਣਾ ਨਾ ਨਾ ਯਾਰ ਬਾਈ ਬੰਦੇ ਫੁੱਲ ਖਰਚਾ ਵੀ ਦਿੰਦੇ ਆ ਵਧੀਆ ਯਾਰ ਆਪਾਂ ਨੂੰ ਨਾਲੇ ਆਪਾਂ ਕਦੇ ਮੰਗੇ ਅੱਜ ਕਿਹੜੀ ਟੀਮ ਚ ਐ ਅੱਜ ਮੈਂ ਕੁੱਲਰੀਆਂ ਚ ਕਉਛਾਲਾ ਕੁੱਲਰੀਆਂ ਇਹ ਲਾਡੇ ਆ ਵੀਰੋ ਕੇਲਾ ਤੇ ਆ ਮੁੰਡੇ ਦਾ ਤੁਸੀਂ ਸਰੀਰ ਦੇਖ ਕੇ ਪਛਾਣ ਲੈਣਾ ਸੀ ਪੇ ਕੀ ਹਾਲ ਹੈ ਠੀਕ ਹੈ ਵਧੀਆ ਕਿੰਨਾ ਚਿਰ ਹੋ ਗਿਆ ਖੇਡਦੇ ਨੂੰ ਬਸ ਹੋ ਗਏ ਤੇ 3 ਸਾਲ ਹੈ ਪਿੰਡ ਕਿਵੇਂ ਸਪੋਰਟ ਕਰਦਾ ਫੁੱਲ ਹਾਂ ਰੋਕ ਟੋਕ ਤਾਂ ਨਹੀਂ ਕੀ ਕਰੋ ਨਾ ਵੀਰੋ ਹੈ ਵੀਰ ਤੂੰ ਨੇਰੇ ਸਵੇਰੇ ਆਉਣਾ ਯਾਰ ਵੀ ਕੌਡੀ 'ਚ ਵਾਰਦਾਤਾਂ ਬਹੁਤ ਹੁੰਦੀਆਂ ਨੇ ਕੋਈ ਨਹੀਂ ਕਦੇ ਇਹਦੇ ਆਹ ਬਾਈ ਕਿੱਥੋਂ ਦਾ ਇਹ ਵੀ ਕੁੱਲ ਕਹਿੰਦਾ ਠੀਕ ਆ ਹੋਰ ਤੇ ਇਹਦੇ ਬਾਰੇ ਛੱਡੀ ਦੱਸਣ ਦੀ ਲੋੜ ਬਾਈ ਕੀ ਹਾਲ ਆ ਸਾਡੇ ਏਰੀਏ ਦੇ ਵਿੱਚ ਆਇਆ ਪਹਿਲਾਂ ਧਰੀਆਂ ਦੱਸ ਸੇਵਾ ਪਾਣੀ ਕੀ ਕਰੀਏ ਬਸ ਤੂੰ ਮਿਲ ਗਿਆ ਨਹੀਂ ਸੇ ਹੋਰ ਫਿਰ ਕਿਹੜੀ ਟੀਮ ਅੱਜ ਕੁੱਲਰੀਆਂ 'ਚ ਹੈ ਹਾਂ ਅੱਜ ਕੁੱਲਰੀਆਂ ਜਿੱਤ ਗਏ ਘਰ ਕੇ ਜਿੱਤ ਗਏ ਪਹਿਲਾ ਮੈਚ ਹਾਂ ਪਹਿਲਾ ਮੈਚ ਹੀ ਉਹਨਾਂ ਨਾਲ ਕਹਿੰਦੇ ਰੱਤੇ ਥੇ ਵਾਲੇ ਦਾ ਥਾਪੀਆਂ ਬੜੀਆਂ ਮਸ਼ਹੂਰ ਆ ਪਹਿਲੇ ਦਿਨ ਤੇ ਮਾਰਨ ਦਾ ਸ਼ੌਂਕ ਆ ਜਾਂ ਵੀ ਮੰਨ ਲੈ ਮੂਸ ਵਾਲੇ ਦੀ ਯਾਦ ਆਉਣਾ ਨਾ ਥਾਪੀ ਮਾਰ ਕੇ ਨਾ ਨਾ ਉਹ ਤਾਂ ਰੇਡਰ ਤੇ ਨਿਰਭਰ ਕਰਦਾ ਵੀ ਰੇਡਰ ਅੱਗੋ ਕੀ ਰਿਸਪੌਂਸ ਦਿੰਦਾ ਨਾ ਤਾਂ ਕਰਕੇ ਨਹੀਂ ਥਾਪੀ ਮਾਰਨ ਦਾ ਰੀਜ਼ਨ ਇਹੋ ਜਿਹਾ ਕੋਈ ਹੈ ਨਹੀਂ ਮਤਲਬ ਜਦੋਂ ਮੂਰੋ ਰੇਡਰ ਥਾਪੀ ਮਾਰਦਾ ਤਾਂ ਬੱਜ ਜਾਂਦੀ ਆ ਅੱਛਾ ਉਹ ਠੀਕ ਆ ਹਾਂਜੀ ਓਪਨ 'ਚ ਖੇਡਦਾ ਨਹੀਂ ਹੁੰਦਾ ਉਹਨਾਂ ਨਾਲ ਰੱਤੇ ਥੇ ਵਾਲਿਆਂ ਆਪਣਾ ਕੁਲਵਿੰਦਰ ਨਾਲ ਤਾਂ ਕਰਕੇ ਨਾ ਤਾਂ ਤੇ ਅਗਲੇ ਸਾਲ ਖੜਾਂਗੇ ਉਹਨਾਂ ਨਾਲ ਚੈਂਚ ਠੀਕ ਹੈ ਇਹ ਸੀ ਬਾਈ ਆਪਣੇ ਕੁੱਲਰੀ ਵਾਲੇ ਭਰਾ ਤੇ ਇੱਧਰ ਲਾਡੀ ਡੰਡ ਮਾਰ ਰਿਹਾ ਤੇ ਦੋਹਾਂ ਹੁੰਡੀਆਂ ਉਹ ਕਰਾਵਾਂ ਜੀ ਪ੍ਰੀਤ ਲਖਾਰੀ ਨੇ ਅੱਜ ਟੀਮ ਸਪਾਂਸਰ ਕੀਤੀ ਹੈ ਝਾੜੋਂ ਦੀ ਕੀ ਹਾਲ ਹੈ ਤੈਂ ਕਰੀਏ ਟੀਮ ਸਪਾਂਸਰ ਅੱਜ ਕਰ ਰਿਹਾ ਸੇਵਾ ਪਾਣੀ ਮੁੰਡਿਆਂ ਦੀ ਹੈ ਤੇ ਆਹ ਦੇਖੋ ਜੀ ਇਹਦੇ ਬਾਰੇ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਕੀ ਹਾਲ ਹੈ ਵਧੀਆ ਬਾਈ ਆਹ ਦੇਖੋ ਜੀ ਮੁੰਡੇ ਨੇ ਮਾਨ ਸਾਹਿਬ ਗੋਤ ਮਾਨ ਆਪਣਾ ਹਾਂ ਗੋਤ ਮਾਨ ਅੱਛਾ ਹੋ ਠੀਕ ਹੈ ਹਾਂ ਵਧੀਆ ਕਿਹੜੀ ਟੀਮ 'ਚ ਅੱਜ ਅੱਜ ਮੈਂ ਪਿੰਡ ਦੀ ਜਵੇ ਦਲੇਮਾ ਦਲੇਮਾ 'ਚ ਹਾਂ ਅਸੀਂ ਨਾਲ ਨਾਲ ਇੱਕ ਬੱਬਾ ਹਰਿਆ ਹੋਇਆ ਅੱਛਾ ਪਿੰਡ ਵਾਲੇ ਹੈਗੇ ਨੇ ਸਾਰੇ ਛੁਰਲੀ ਹੋਰੀ ਨੇ ਹਾਂ ਗੁਰਦੀਪ ਕੀ ਹਾਲ ਆ ਵਧੀਆ ਆਹ ਮੁੰਡੇ ਦੇ ਨਾਲ ਰਿਸ਼ਤੇਦਾਰੀ ਹੈ ਜਾਂ ਕਿੱਦਾਂ ਕੋਈ ਮੰਨ ਲੈ ਇਹਨੇ ਟੀਮ ਸਪੋਂਸਰ ਕਰੀ ਤੁਹਾਡੀ ਰਿਸ਼ਤੇਦਾਰੀ ਹੈ ਇਹ ਤੜਕੇ ਦਾ ਪੁੱਛੇ ਨਾ ਕਹਿੰਦਾ ਬਾਈ ਗੁਰਦੀਪ ਛੋਟੇ ਦੀ ਟੀਮ ਆਊ ਚੜ੍ਹਨ ਦੀ ਮਾਂ ਆਊਗੀ ਬਾਈ ਪੱਕਾ 75 ਵਾਲੇ ਤਾਂ ਪੱਕੇ ਹੀ ਆਉਣਗੇ ਹੋਰ ਠੀਕ ਹੈ ਓਪਨ 'ਚ ਖੇਡਣ ਲੱਗ ਗਏ ਵਧੀਆ ਚੱਲ ਹੈ ਨਾ ਕਿਰਾਇਆ ਕੁਰਾਇਆ ਦੇ ਦਿੰਦੇ ਕਮੇਟੀਆਂ ਚੱਲ ਵਧੀਆ ਸੇਵਕਾ ਕੀ ਹਾਲ ਆ ਮੁੰਡਾ ਕਹਿੰਦੇ ਜੱਸੜਾਂ ਦਾ ਸੇਵਕ ਜੱਸੜ ਦੇ ਨਾਂ 'ਤੇ ਟੀਮ ਕਹਿੰਦੇ ਪ੍ਰਸਿੱਧ ਹੋਈ ਆ ਝਾੜੋਂ ਦੀ
ਤੈਨੂੰ ਉਸਤਾਦ ਮੰਨਦੇ ਆ ਸਾਰੇ? ਨਾ ਨਾ ਭਾਈ ਨੇ ਸਾਰੇ। ਅੱਛਾ ਮੰਨ ਲਾ ਤੂੰ ਇਹਨਾਂ ਦਾ ਮੇਨ ਹੈ। ਹੈ ਮੈਂ ਤਾਂ ਸਾਰੇ ਨੇ ਬਈ ਸਾਡੇ ਵਿੱਚ। ਅੱਛਾ ਹੋ ਠੀਕ ਆ ਸਾਰੇ ਉਹ ਭਰ ਦਿੰਨੇ ਪਹਿਲਾਂ। ਅੱਛਾ ਤੂੰ ਸੁਣਾ ਪਿੰਡ ਵਾਲੇ ਪਿੰਡ ਵੱਲੋਂ ਕਿਵੇਂ ਸਪੋਰਟ ਹੈ? ਪਿੰਡ ਵੱਲੋਂ ਦਾ ਕੋਈ ਸਪੋਰਟ ਨਹੀਂ ਹੈ। ਹੈ ਇਹ ਤਾਂ ਆਪ ਹੀ ਆ ਬਸ ਛੋਟਾ ਘਾ ਮੈਂ ਕੱਕੂ ਆ। ਅੱਛਾ ਇਹ ਭਰ ਲੈਣੇ ਤੰਨੇ ਹੁੰਦੇ ਆ। ਅੱਛਾ ਬਾਕੀ ਦੋ ਬਾਰੋਂ ਫੜਾ ਲੈਣੇ ਆ। ਫਟਾ ਫਿਰ ਅੱਜ ਹਾਂ ਮੁੰਡਾ ਕਹਿੰਦੇ ਜੱਸੜਾਂ ਦਾ ਆਇਆ ਹੋਇਆ ਤੇ ਇੱਧਰ ਕਿਹੜਾ ਆਹਾਂ ਨਵਾਂ ਰੈਂਟਰ ਆਪਣੇ ਗੱਗੂ ਕੀ ਹਾਲ ਹੈ? ਫਟਾ ਹੁਣ ਹੀ ਲੱਗਿਆ ਖੇਡਣ? ਹਾਂ ਹੁਣ ਖੇਡਣ ਵੱਧ ਮੈਚ ਹੁਣ ਲੱਗਿਆ ਖੇਡ ਹੋ ਗਏ ਦੋ ਕੁ ਸਾਲ ਹੁਣ ਤਾਂ ਇਹਨਾਂ ਨਾਲ ਵੱਧ ਖੇਡਣ ਲੱਗਿਆ ਮੈਚ। ਅੱਛਾ ਫਟਾ ਹੁਣ ਜਮਾ ਕੱਢੇਗਾ ਅੱਗ ਪੂਰੀ? ਮੌਸਮ ਵਧੀਆ ਨਾ ਅੱਜ? ਹਾਂ ਠੀਕ ਹੈ। ਤੇ ਇੱਧਰ ਬੈਠੇ ਆ ਬਾਈ ਉਡੀ ਤਰੀਕ ਕਰਾਉਣਾ ਗੱਲਬਾਤ ਯਾਰਾਂ ਦਾ ਯਾਰ ਭੋਲੂ ਕੀ ਯਾਰ ਹੈ ਕਹਿੰਦੇ ਜਦੋਂ ਕਾਂਜਲ ਵਾਲੇ ਭੋਲੂ ਦੀ ਫੋਟੋ ਲੱਗ ਗਈ ਵਾਲ ਪੇਪਰ ਦੇ ਮੂਹਰੇ ਕਹਿੰਦੇ ਫਿਰ ਵਿਊ ਵਾਲੇ ਆਉਂਦੇ ਆ। ਕਿਉਂ ਭੋਲੂ ਕਿਵੇਂ ਆ? ਹੋਰ ਠੀਕ ਹੈ। ਕਿਹੜੀ ਟੀਮ 'ਚ ਅੱਜ? ਫੈਮਿਲੀ ਟੀਮ 'ਚ ਹੈ। ਤੇ ਆਹ ਯਾਰਾਂ ਦਾ ਯਾਰ ਰਿੱਕੀ, ਰਿੱਕੀ ਕਿਵੇਂ ਆ? ਆਪਦੀ ਟੀਮ ਆ ਤੇਰੀ ਪਿੰਡ ਦੀ? ਬਾਹਰੋਂ ਕੌਣ ਹੈ? ਮਨਿਆਣੇ ਦਾ ਕਿਹੜਾ ਲਾਡੀ? ਅੱਛਾ ਕਾਰੀ ਮਨਾਉਣ ਵਾਲਾ। ਤੇ ਹੋਰ ਬਈ ਗਿਆਨੀ ਫੱਟਾ ਪੂਰਾ ਹੋ ਗਿਆ ਮੈਚ ਕਹਾਉਣ ਵਾਲੇ? ਹੋ ਗਿਆ ਜਿੱਤ ਗਏ? ਹਾਰ ਗਏ? ਠੀਕ ਹੈ। ਤੇ ਆਹ ਬਾਈ ਕਿੱਥੋਂ ਆ? ਠੀਕ ਹੈ। ਹੋਰ ਫਿਰ ਬਿਕਰ ਫੱਟਾ ਜਾਵਾ ਚਾਹੇ ਦੁਆ ਕਰਾਉਣਾ ਤੁਹਾਡੀਆਂ ਗੱਲਾਂ ਬਾਤਾਂ ਹੋ ਰਹੇ ਸੀ ਬਿਕਰ ਆਹ ਛੋਟਾ ਬਾਈ ਝਾੜੋਂ ਵਾਲਾ ਤੇ ਆਹ ਜੱਸੜ ਬਾਈ ਆਪਣਾ ਕਰਾਉਣਾ ਤੁਹਾਡੀ ਗੱਲਬਾਤ। ਲਓ ਜੀ ਤੁਹਾਡੀ ਗੱਲਬਾਤ ਕਰਾਉਣੇ ਆ ਬਾਈ ਕੀ ਹਾਲ ਹੈ? ਅੱਜ ਫਿਰ ਪਿੰਡ ਦੀ ਟੀਮ ਮੰਤਰੀ? ਤੇ ਆਹ ਬਾਲਾਂ ਬਾਰੇ ਦੱਸੋ ਪਹਿਲਾਂ ਸਾਡੇ ਦਰਸ਼ਕਾਂ ਨੂੰ। ਵਿੱਕੀ ਨੇ ਕਰਾਇਆ ਮੇਰੇ। ਹੈ ਵਿੱਕੀ ਜਾੜ ਲਈ ਨੇ ਹਰਿਆਣੇ ਚੱਕ ਪਿਆ ਚੋਂ ਕੀ ਹਾਲ ਆ ਜੀ? ਕਹਿੰਦੇ ਵਿੱਕੀ ਜਾਣ ਲਈ ਰੋਜ਼ ਹੀ ਫੇਰ ਸੁੱਕ ਦੇ ਫੋਟ ਪਾਉਂਦਾ ਜੇ ਇੱਥੋਂ ਬੈਸਟ ਅੱਜ ਤੁਹਾਡੇ ਬਾਬੇ ਨਾਨਕ ਦੀ ਕਿਰਪਾ ਹੋ ਰਹੀ ਹੈ ਬਾਬੇ ਦੀ ਕਿਰਪਾ ਬਈ ਪੂਰੀ ਹਾਂ ਪੂਰੀ ਫੱਟਾ ਹੋਣਾ ਹਾਂ ਸੈਟਾਂ ਬਈ। ਅੱਜ ਕਿਹੜੀ ਟੀਮ ਚ ਆ? ਅੱਜ ਜਲਾਲ ਦੇ ਆਪਣੇ ਯਾਰ ਸਿਕੰਦਰ ਨਾਲ। ਅੱਛਾ ਜਲਾਲ ਚ ਕਿਹੜੀ ਟੀਮ ਚ ਖੇਡ ਕੇ ਵਧੀਆ ਲੱਗਦਾ ਕਿ ਪਿੰਡ ਦੀ ਟੀਮ ਚ ਵਧੀਆ ਲੱਗਦਾ ਖੇਡ ਕੇ? ਪਿੰਡ ਦੇ ਵਿੱਚ ਵਧੀਆ ਲੱਗਦਾ ਬਾਕੀ ਜਿਹੜੀ ਨਾਲ ਖੇਡਦੇ ਨੇ ਪਿੰਡ ਦੇ ਹੋਰ ਕੌਣ ਕੌਣ ਪਲੇਅਰ ਖੇਡਦੇ ਆ? ਜਿਹੜੀ ਪੁਨੀਆ ਸੋਨੂ ਪੁਨੀਆ ਪਿੰਡ ਉਸਤਾਦ ਆਪਣਾ। ਅੱਛਾ ਠੀਕ ਹੈ। ਤੇ ਵਿੱਕੀ ਆ ਤੇ ਇੱਧਰ ਤੁਹਾਡੀ ਗੱਲਬਾਤ ਕਰਾਉਣਾ ਦੀਪੇ ਨਾਲ ਤੇ ਆ ਨਾਨਕ ਰਾਮਪੁਰੇ ਵਾਲਾ। ਨਾਨਕ ਕਿਵੇਂ ਆ? ਪਿੰਡ ਕਹਿੰਦੇ ਮੇਲਾ ਟੌਪ ਦਾ ਕਰਾਤਾ ਤੇ ਹੈ ਸਿਰਾ ਲੱਗ ਗਿਆ ਨਾ ਮੈਂ ਕਿਹਦਾ ਪੱਖਪਾਤ ਨਹੀਂ ਕੀਤਾ ਕੋਈ ਨਹੀਂ ਵੀ ਕਮੇਟੀ ਵਾਲੇ ਦੇਖਿਆ ਮੈਂ ਜਦੋਂ ਪਿੰਡ ਦੀ ਟੀਮ ਕਰਦੇ ਆ ਥੋੜ੍ਹੀ ਹੁੰਦੀ ਯਾਰ ਸ੍ਰੀ ਪਰ ਮੈਂ ਦੇਖੇ ਤੁਹਾਡੇ ਮੈਚ ਵਧੀਆ ਕਰਾਇਆ ਤੁਸੀਂ ਨਾ। ਤੇ ਆਹ ਬਾਈ ਦੀਪਾ ਬਾਈ ਰੂਪਾਲਾ ਬਾਬੇ ਕੀ ਹਾਲ ਹੈ? ਹੋਰ ਠੀਕ ਹੈ। ਬਹੁਤ ਟਾਈਮ ਬਾਅਦ ਦੇਖਿਆ। ਅੱਛਾ ਹੁਣ ਫਿੱਟ ਹੈ? ਤੇ ਹੋਰ ਜਮਾ ਓਕੇ ਆ? ਅੱਜ ਕਿਹੜੀ ਟੀਮ 'ਚ ਆ? ਜਲਾਲ ਚ। ਹੋਰ ਫਿਰ ਸਿਕੰਦਰ ਠੀਕ ਹੈ ਜਮਾ ਓਕੇ ਆ? ਪੱਕਾ ਨਾਂ ਤੇਰਾ ਸਿਕੰਦਰੀ ਹੈ? ਹੈਂ ਤੇਰਾ ਨਾਂ ਕੀ ਹੈ ਪੱਕਾ? ਨਾਨਕ ਰਾਮਪੁਰ ਵਾਲਾ। ਤੈਨੂੰ ਤਾਂ ਬਹੁਤ ਸਾਡਾ ਪਿੰਡ ਸਾਰਾ ਜਾਣਦਾ ਐਡੀ ਅੱਡ ਇਹਦੇ ਕੀ ਡਾਉਂਦਾ ਜੀ ਸਾਡੇ ਪਿੰਡ ਕਿਹੜੇ ਨਾਂ ਦੇਖਦੇ ਹਾਂ ਕਰਾਉਣੇ ਬਸ 19 ਜਨਵਰੀ ਨੂੰ। ਲਓ ਜੀ ਤੁਹਾਡੀ ਗੱਲਬਾਤ ਕਰਨਾ ਕਿਹੜਾ ਪਿੰਡ ਡਾ? ਰਾਜਤਰਾਣਾ। ਬਾਹਰੋਂ ਕਹਿਣਾ ਉੱਡੇ ਜਾ ਟੂਰਨਾਮੈਂਟ ਪੂਰਾ ਵਧੀਆ ਲੱਗਦਾ? ਐ ਤਾਂ ਨੀ ਲੱਗਦਾ ਯਾਰ ਉਹੀ ਨੰਬਰ ਨੁੰਬਰ ਨੀ ਦੇ ਰਹੇ ਯਾਰ ਵਧੀਆ ਹੁੰਦੇ ਆ। ਕਿਹੜੀ ਟੀਮ ਚ ਨਾਲ ਬਾਹਰੋਂ? ਬਾਹਰੋਂ ਕਾਲਾ ਦੀਪ ਰਾਜਤਰਾਣਾ। ਹੋਰ ਠੀਕ ਆ? ਪਿੰਡੋ ਕਿਵੇਂ ਸਪੋਰਟ ਆ? ਪਿੰਡੋ ਵੀ ਵਧੀਆ ਵਧੀਆ ਪੂਰੇ ਠੀਕ ਆ। ਬਸ ਇੱਕ ਆਸ ਹਰ ਇੱਕ ਬੰਦੇ ਨੂੰ ਜ਼ਰੂਰ ਹੁੰਦੀ ਹੈ ਤੇ ਕਦੇ ਕੋਈ ਟਾਈਮ ਸੀਗਾ ਜਦੋਂ ਤਰਸਦੇ ਹੁੰਦੇ ਸੀਗੇ ਵੀ ਰੱਬ ਸਾਈਕਲ ਦਵਾ ਦੂਗਾ ਤੇ ਰੱਬ ਨੇ ਸਾਈਕਲ ਵੀ ਦਵਾ ਤੇ ਮੋਟਰਸਾਈਕਲ ਵੀ ਦਵਾ ਤੇ ਤੇ ਪਰਮਾਤਮਾ ਨੇ ਅੱਜ ਗੱਡੀਆਂ ਵਾਲੇ ਕਰਤੇ ਬਾਈ ਗੱਡੀਆਂ ਤੋਂ ਗੱਡੀਆਂ ਆ ਗਈਆਂ ਕਬੱਡੀ ਦੀ ਬਦੌਲਤ ਜੋ ਕੁਝ ਦਿੱਤਾ ਕਬੱਡੀ ਨੇ ਦਿੱਤਾ ਕਬੱਡੀ ਕਰਕੇ ਆ ਜੋ ਕੁਝ ਅੱਜ ਜੋ ਕੁਝ ਹਾਂ ਕਬੱਡੀ ਕਰਕੇ ਆ।
ਇਹ ਬਈ ਆਪਣਾ ਭਰਾ ਗੁਰਪਿਆਰਾ ਤਲਾ ਤੇ ਕਿਵੇਂ ਲੱਗਦਾ ਟੂਰਨਾਮੈਂਟ ਬਾਰੇ ਕੀ ਵਿਚਾਰ ਆ ਵਧੀਆ ਟੂਰਨਾਮੈਂਟ ਵੀਰੇ ਸਿਰੇ ਦਾ ਚੱਲ ਰਿਹਾ ਭਲੇਵਾ ਟੀਮਾਂ ਸਿਰੇ ਦੀਆਂ ਚੋਟੀ ਦੀਆਂ ਆਈਆਂ ਹੋਈਆਂ 75 ਕਿਲੋ ਦੀਆਂ ਸਾਰੀ ਕਰੀਮ ਹੀ ਪੰਜਾਬ ਦੀ ਆਈ ਹੋਈ ਆ ਅੱਜ ਜਮਾ ਸਰਾ ਟੂਰਨਾਮੈਂਟ ਆ ਵੀਰੇ ਆ ਵੇਖੋ ਜੀ ਆ ਗੱਡੀ ਬਾਈ ਨੂੰ ਆਪਣੇ ਸਵਰਟ ਗੱਡੀ ਸਨਮਾਨ ਚ ਦਿੱਤੀ ਆ ਐਨਆਰਆਈ ਭਰਾਵਾਂ ਨੇ ਤੇ ਜਿਹੜੇ ਭਰਾਵਾਂ ਨੇ ਦਿੱਤੀ ਆ ਬਹੁਤ ਬਹੁਤ ਧੰਨਵਾਦ ਹੈ ਨਾ ਇੱਕ ਗਰੀਬ ਪਰਿਵਾਰ ਨੂੰ ਗੱਡੀ ਦਿੱਤੀ ਆ ਹੋਰ ਠੀਕ ਆ ਤੇਰਾ ਫਿੱਟ ਆ ਮਹਾਵੀਰੇ ਓਕੇ ਰਿਪੋਰਟ ਆ ਆਇਆ ਕਰ ਕ੍ਰਿਕਟ ਕੱਪ ਦੇ ਹੀ ਦਿਆ ਕਰ ਦਰਸ਼ਨ ਬਾਈ ਇਹ ਗੱਡੀ ਜਿਹਦੀ ਬਦੌਲਤ ਮਿਲੀ ਆ ਤੇ ਉਹਨਾਂ ਦਾ ਪ੍ਰਮਾਤਮਾ ਜਾਣੀ ਜਾਣਾ ਤੇ ਸਾਰੀ ਜ਼ਿੰਦਗੀ ਰਹਿਣੀ ਰਹਾਂਗੇ ਉਹਨਾਂ ਭਰਾਵਾਂ ਦੀ ਠੀਕ ਹੈ ਇਹ ਜੀ ਬਾਈ ਗੁਰਪਿਆਰ ਤੇ ਦੁਆ ਕਰਾਮਾ ਹੋੜਿਆ ਗੱਲਾਂ ਬਾਤਾਂ